Hei, 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 ha! Er det båda? Hei, er det båda? Jeg vil bare alle tjekke litt på egen jasse. Oppi da, jeg tenker jasse. Ha! Dål, hva er det jasse? Mokabler det vel? Mera dada jo dål, de er tannige chicken, da, nei. Det er sånn, hva er det, da, ten tar, da, tekka. Ding, ding, ding. ਇੱਕ ਦੀਵਾਰ ਮੇਰੇ ਦਾਦੇ ਮਾਮੂ ਸ਼ੇਰ ਦੇ ਮੇਲੇ ਤੇ ਢੋਲ ਵਜਾਇਆ ਧਮਾਲ ਵਜਾਇਆ ਤੂੰ ਬਾ ਨਾਸਾ ਦਿੱਤੀਆਂ ਹੱਥ ਹੁਣ ਪਿਰਾਈ ਦੇ ਘਰ ਪਿਓ ਆਵੇ ਤੇ ਭਾਵੇਂ ਮੁੱਢੂ ਨਾ ਆਵੇ ਢੋਲ ਤਾਂ ਪਏ ਹੋਵੇ ਨਾ ਢੋਲ ਆਇਆ ਹੈ ਉਹ ਪਿਰਾਈ ਨਹੀਂ ਜਾਂਦੇ ਘਰ ਢੋਲ ਕੋਈ ਨਹੀਂ ਉਹ ਬੜਾ ਮਾਤਾ ਢੋਲ ਤੂੰ ਸੇਕ ਮੋਇਮ ਚੰਗਾ ਮਾਰ ਬਣਿਓ ਦੋਵੇਂ ਬੰਦੇ ਮੇਰੀ ਗੱਲ ਸੁਣ ਲਓ ਅੱਜ ਤੁਸੀਂ ਮੈਨੂੰ ਰੋਕਣਾ ਨਹੀਂ ਓਏ ਅੱਜ ਮੇਰਾ ਅੰਦਰ ਦਾ ਪਿਰਾਈ ਜਾਗ ਗਿਆ ਅੰਦਰ ਦਾ ਜਾ ਬਰਾਤ ਲਾਇਆ ਬਰਾਤ ਲਾਇਆ ਉਹ ਫੁੱਫੀ ਦੀ ਬਰਾਤ ਲਾਇਆ ਮੈਂ ਤੈਨੂੰ ਆਣਾ ਬਰਾਤ ਲਾਇਆ ਡੋਰੀ ਬਲਾ ਜਾ ਏਅਰਪੋਰਟ ਮੈਂ ਹੁਣ ਪਰਾਤ ਵਜਾਈਂਦਾ ਪਿਆ ਮਜਬੂਰੀ ਹੈ ਢੋਲ ਨੂੰ ਕੋਈ ਨਹੀਂ ਪਿਆ ਲੱਗਦਾ ਜੇ ਸਮੇਂ ਚ ਰੋਕਿਆ ਜੇ ਮੈਂ ਤੁਹਾਡੀਆਂ ਨਾਸਾਂ ਨਹੀਂ ਬਣੀਆਂ ਤਾਂ ਮੇਰੇ ਨਾਲ ਵਲੀਦਾਦ ਹੀ ਨਹੀਂ ਚੁੱਪ ਕਰਕੇ ਬੈਠੇ ਰਿਹਾ ਐਹ ਸੁਬਹਾਨ ਅੱਲਾ ਸੁਬਹਾਨ ਨਹੀਂ ਤੇਰਾ ਏਅਰਪੋਰਟ ਯਾਰ ਅੱਜ ਮੇਰਾ ਦਿਲ ਖੁਸ਼ ਕਰੋ ਮੈਂ ਬੜਾ ਦਿਹਾਂ ਦਾ ਸਿੱਖਦਾ ਬਣਾ ਕੋਈ ਗਾਣਾ ਸੁਣਾ ਤੇ ਪਰਾਤ ਮੈਂ ਵਜਾਈਗਾ ਗਾਣਾ ਚੰਗਾ ਜਿਹਾ ਸੁਣਾ ਲੈ ਤੂੰ ਗੁੱਸਾ ਕਰ ਲਾਇਆ ਕਿਹੜੀ ਗੱਲ ਨੇ ਹਾਂ ਮੇਰਾ ਜਿਹੜਾ ਨਾ ਅੰਦਰ ਦਾ ਗੁਬਾਰ ਇਹ ਨਾ ਨਿਕਲੇ ਤੇ ਮੈਂ ਮਰਦਾ ਹੀ ਵੇ ਤੇ ਬਾਈ ਤੂੰ ਬਗੈਰ ਤੁਸੀਂ ਕਿਸੇ ਖਾਤੇ ਦੇ ਨਹੀਂ ਹੋ ਦੋਵੇਂ ਬੰਦੇ ਮੈਂ ਗਾਣਾ ਸੁਣਾ ਦਿੰਦਾ ਮੈਂ ਕਿਹੜਾ ਕੁਰੇਸ਼ੀ ਆ ਹਾਂ ਓ ਸੁਣਾ ਐਸਾ ਗਾਣਾ ਬਿਹਤਰੀਨ ਗਾਣਾ ਹੋਵੇ ਜਿਹਦੇ ਨਾਲ ਬੰਦੇ ਦਾ ਦਿਲ ਠੱਠ ਠੱਠ ਹੋ ਜਾਵੇ ਜ਼ਬਰਦਸਤ ਗਾਣਾ ਹੋਣਾ ਹੀ ਬਜਾ ਫਿਰ ਪ੍ਰਾਤ ਚਾ ਮੇਰਾ ਬਾਬੂ ਪੜਿਆ ਲਿਖਿਆ ਜਿਵੇਂ ਚੰਨ ਚੌਦਵੀ ਚੜਿਆ ਉਹਦੇ ਕਦਮਾਂ ਵਿੱਚ ਦਿਲ ਧਰਿਆ ਸਹੇਲੀਏ ਨੀ ਪਿਆਰ ਪਿਆਰ ਮੈਨੂੰ ਲਾਂਦੀਆ ਮੈਨੂੰ ਪਤਾ ਲੱਗ ਗਿਆ ਉਹ ਤੇਰੀ ਕੌਮ ਦਾ ਮੈਨੂੰ ਹੁਣ ਪਤਾ ਲੱਗਾ ਕਿ ਤੁਸੀਂ ਵੀ ਐਸਾ ਹੋ ਹੈ ਤੇਰੇ ਸੋਚ ਦਾ ਹੀ ਮੈਨੂੰ ਪਤਾ ਲੱਗਾ ਬਈ ਤੇਰਾ ਸੋਚ ਕਿਹੜਾ ਆਹ ਸੋਚ ਤੇਰਾ ਜਿਹੜਾ ਤੈਨੂੰ ਮਰੇਖ ਬਣੇ ਸੀ ਇਹ ਬਹੁ ਪੁਰਾਣੇ ਗਾਣੇ ਨੇ ਜਿਹੜੇ ਤੂੰ ਲਾਈ ਬੈਠਾ ਸਹੇਲੀਏ ਨੀ ਪਿਆਰ ਮੈਨੂੰ ਹੋਇਆ ਓਏ ਅੱਜ ਕੱਲ੍ਹ ਦੇ ਦੌਰ ਦੇ ਕੋ ਗਾਣਾ ਲਾ ਜਿਹਦੇ ਨਾਲ ਮੇਰੀ ਤਬੀਅਤ ਹੀ ਹੱਲੇ ਨਾ ਦਿੰਦੇ ਆਪਾਂ ਨੂੰ ਕਿਹੜੇ ਨਵੇਂ ਗਾਣੇ ਕੋਈ ਨਹੀਂ ਹੁੰਦੇ ਵੈਰੀ ਗੁੱਡ ਵੈਰੀ ਗੁੱਡ ਰਫਤਾ ਰਫਤਾ ਵੋ ਮੇਰੀ ਜ਼ਿੰਦਗੀ ਕਾ ਸਮਾਂ ਹੋ ਗਿਆ ਰਫਤਾ ਰਫਤਾ ਵੋ ਮੇਰੀ ਜ਼ਿੰਦਗੀ ਕਾ ਸਮਾਂ ਹੋ ਗਿਆ ਜਿਸ ਰੋਡ ਤੇ ਬਰੇਕਾਂ ਲੱਗੀਆਂ ਨੇ ਬਿਲਕੁਲ ਟੋਰ ਦੇ ਕੇ ਜਿਸ ਰੋਡ ਤੇ ਬਰੇਕਾਂ ਲੱਗੀਆਂ ਹੋ ਸਹੇਲੀਏ ਨੀ ਪਿਆਰ ਪਿਆਰ ਮੈਨੂੰ ਹੋਇਆ ਮੋੜ ਸਹੇਲੀਏ ਨੀ ਪਿਆਰ ਹੱਟ ਕੇ ਮੋੜ ਸਹੇਲੀਏ ਗਾਣੇ ਨਵੇਂ ਸੁਣਾ ਹੁਣ ਸਹੇਲੀ ਦੇ ਨਾਂ ਦੇ ਲਓ ਤੇ ਮੈਂ ਤੇਰੇ ਮੋਕ ਬਰੇ ਤੇ ਤੇਰੇ ਗਾਜ ਬਾੜ ਦੇ ਸਹੇਲੀ ਦੇ ਆਖਣਾ ਲੈ ਫਿਰ ਨਵਾਂ ਗਾਣਾ ਸੁਣ ਯਾਰ ਪੀਕੇ ਬਾਰਾਂ ਦੇ ਵੇੜੇ ਗੱਲਾਂ ਪਰਸੂੰ ਕਰੇ ਸੂੰ ਅੱਜ ਹਿਸ ਥਕੇੜੇ ਮੈਂ ਏਡਾ ਚੰਗਾ ਨਹੀਂ ਜਿੱਡਾ ਤੂੰ ਮੈਨੂੰ ਬਣਾਈ ਬੈਠਾ ਇਹ ਸਲੀਮ ਆਇਆ ਹਾਈ ਸਲੀਮ ਤੇ ਉਹੀ ਆਇਆ ਹੀ ਕਮਲੀ ਦੇ ਵੇੜੇ ਰਫੀਕ ਦਾ ਤਾਂ ਮਤਲਬ ਹੀ ਕੋਈ ਨਹੀਂ ਲੈ ਮੈਨੂੰ ਇੱਕ ਗੱਲ ਦੱਸ ਤੂੰ ਹਾਂ 2015 ਤੋਂ ਲੈ ਕੇ 18 ਤੱਕ ਸਲੀਮ ਹੀ ਆਇਆ ਹਾਂ ਆਇਆ
ਲੈ ਚਲੋ ਇੱਕ ਵਾਰੀ ਹੁਣ ਆ ਹੀ ਗਿਆ ਉਹ, ਤੂੰ ਕਿੱਧਰ ਕਰੀਏ ਫਿਰ ਉਹਨਾਂ ਨੂੰ ਆਣ ਦੇ ਇੱਕ ਵਾਰੀ। ਰਾਣਾ ਹੀ ਸਲੀਮ ਏ, ਆਮਣਾ ਹੀ ਸਲੀਮ ਏ, ਕਮਲੀ ਦੇ ਘਰ ਹੀ ਉਸੇ ਰਹਿਣਾ, ਟੁੱਕਰ ਹੀ ਉਸੇ ਖਾਵਣਾ, ਚਾਹ ਹੀ ਉਸੇ ਪੀਵਣੀ। ਸਲੀਮ ਰਫੀਕ ਮੈਨੂੰ ਇੱਥੇ ਵਾੜ ਕੇ ਵਿਖਾ, ਤੂੰ ਬੜਾ ਰਫੀਕ ਨੂੰ ਜਿਵੇਂ ਉਹਦੀ ਨਾ ਸਲੀ ਬਣੀ ਆ, ਜਦੋਂ ਆਮਣਾ ਹੀ ਸਲੀਮ ਏ। ਮੈਂ ਤੈਨੂੰ ਕਹਿਣ ਡਿਆ ਇੱਥੇ ਰਫੀਕ ਨੇ ਸਲੀਮ ਏ ਮਾਛੀ ਦਾ ਕੋਈ ਕੰਮ ਨਹੀਂ ਵਿੱਚ ਆਉਣ ਦਾ, ਤਿੰਨ ਸਾਲਾਂ ਤੂੰ ਆਉਣ ਡਿਆ ਇੱਥੇ। ਕੌਣ ਆਉਣ ਡਿਆ? ਉਹ ਸਲੀਮ ਦੀ ਗੱਲ ਕਰਨ ਡਿਆ, ਮੈਂ ਤੈਨੂੰ ਕਿਹਾ ਮੈਂ ਰਫੀਕ ਨੂੰ ਲਿਆਉਣਾ, ਰਫੀਕ ਘੁਬਾੜ ਨੂੰ, ਮੈਂ ਕਿਸੇ ਨੂੰ ਵੀ ਲਿਆਉਣਾ ਇੱਥੇ। ਯਾਰ ਤੂੰ ਇੱਕ ਵਾਰੀ ਫਿਕਰਾ ਪਾੜਤਾ ਸਹੀ, ਆਇਆ ਸਲੀਮ ਏ ਕਮਲੀ ਦੇ ਵਿਹੜੇ, ਨਹੀਂ ਐਵੜ ਦੇਣਾ ਮੈਂ ਰਫੀਕ ਨੂੰ ਇੱਥੇ। ਨਹੀਂ ਤੂੰ ਰਫੀਕ ਦੇ ਪੈਸੇ ਦੇਣੇ ਮੈਨੂੰ, ਇਹ ਤੇ ਗੱਲ ਦੱਸ। ਮੈਂ ਪੈਸੇ ਦੇਵਾਂ ਜਾਂ ਨਾ ਦੇਵਾਂ? ਜਦੋਂ ਅਮਦਾ ਸਲੀਮ ਦਿੱਤੀ 40 ਸਾਲ ਤੋਂ, ਰਾਣਾ ਹੀ ਸਲੀਮ ਏ, ਗੱਲ ਹੀ ਆ ਕੁਝ। ਚਲੋ ਮੈਨੂੰ ਇੱਕ ਗੱਲ ਦੱਸ ਮਾਰ ਸਾਹਿਬ, ਅੱਗੇ ਸਲੀਮ ਆਉਂਦਾ ਰਿਹਾ ਜੀ, ਹੁਣ ਰਫੀਕ ਆ ਹੀ ਗਿਆ, ਇੱਕ ਵਾਰੀ ਮੈਂ ਕਹਿੰਦਾ ਰਹਿਣ ਦਿਓ, ਤੁਸੀਂ ਮਿਹਰਬਾਨੀ ਕਰੋ। ਰਫੀਕ ਆ ਗਿਆ ਹੈ ਨਾ, ਓਏ ਆ ਜਾ ਖੜਾ ਨਾ, ਇਹਨੂੰ ਜਲਦੀ ਟੋਰ ਅੱਗਾ, ਜਲਦੀ ਜਲਦੀ ਟੋਰ। ਆਇਆ ਰਫੀਕ ਕੁਵਾਰਾਂ ਦੇ ਵੇੜੇ, ਕੱਲ ਪਰਸੂੰ ਕਰੇ ਸੂੰ, ਅੱਜ ਹੈ ਸੋਥ ਖੇੜੇ, ਦਿਲ ਦੀਵਾਨਾ ਨਾ ਜਾਣੇ ਕੁਝ ਹੋ ਗਿਆ। ਕਿਆ ਤੂਨੇ ਐਸੇ ਦੇਖਾ ਕੇ ਕੁਝ ਹੋ ਗਿਆ, ਸਹੇਲੀਏ ਨੀ ਪਿਆਰ ਪਿਆਰ ਮੈਨੂੰ ਹੋਇਆ, ਸਹੇਲੀਏ ਨੀ ਪਿਆਰ ਪਿਆਰ ਮੈਨੂੰ ਹੋਇਆ, ਸਹੇਲੀਏ ਨੀ ਪਿਆਰ ਪਿਆਰ। ਤੈਨੂੰ ਮੈਂ ਰੋਕਿਆ, ਸਹੇਲੀ ਦਾ ਨਾਂ ਨਾ ਲਵੇ, ਮੋੜ ਸਹੇਲੀ, ਮੋੜ ਸਹੇਲੀ, ਹੋਰ ਸਹੇਲੀ ਦਾ ਨਾਂ ਨੀ ਲੈਣਾ। ਉਹ ਮੇਰਾ ਪੋਤਰਾ ਆਵੇ ਤੇਰੇ ਗੁਹਾਰ ਜੁੜੇ ਜਿਵੇਂ ਰਫੀਕੇ ਨੂੰ ਕੱਢਿਆ ਹੀ ਨਾ, ਇੰਨੇ ਮਿਹਰਬਾਨੀ ਆ ਮੈਂ ਤੇਰੇ ਪੈਰ ਪੈ ਪਦੇ, ਹੁਣ ਸਹੇਲੀ ਵੇਚ ਨਾ ਆਵੇ, ਸਹੇਲੀ ਆ ਗਈ ਨਾ ਤੇ ਮੇਰਾ ਦਿਮਾਗ ਬੜਾ ਖਰਾਬ ਹੋ ਜਾਣਾ, ਮੈਂ ਤੈਨੂੰ ਪਹਿਲੇ ਪਤਾ ਸੁਣ, ਨਵਾਂ ਗਾਣਾ ਸੁਣਾ। ਹੁਣ ਗਾਣਾ ਸੁਣ ਫਿਰ, ਸੁਣਾ ਇਹ ਮੇਰਾ ਸ਼ੇਰ ਹੀ। ਅੱਛਾ ਸੁਣ ਫਿਰ, ਆਈ ਸ਼ੇਰ ਵੱਲ ਤਵੱਜੋ ਕਰਨੀ ਆ, ਬਿਲਕੁਲ ਤਵੱਜੋ ਕਰਨੀ ਆ, ਜਿਹੜਾ ਆਹੋ। ਅੱਛਾ ਵੇ ਸੋਨੇ ਦੇ ਕੰਗਣਾ ਦੇ ਸੌਦਾ ਹੀ ਖੋਜਿਆ, ਦਿਲ ਦੇਣਾ ਤੇ ਦਿਲ ਲੈਣਾ ਵੇ ਸੌਦਾ ਹੀ ਖੋਜਿਆ, ਦਿਲ ਦੇਣਾ ਤੇ ਦਿਲ ਲੈਣਾ ਵੇ ਸੌਦਾ ਹੀ ਖੋਜਿਆ। ਉਹ ਵੇ ਸੋਨੇ ਦੇ ਕੰਗਣਾ ਸਫਾ ਰੰਗ ਲੈਣਾ ਏ ਸਫਾ ਸਫਾ ਰੰਗ ਲੈਣਾ ਏ ਇਹ ਰੰਗ ਲੈਣੇ ਨੂੰ ਥੋੜਾ ਜਿਹਾ ਅੱਗਾ ਹੀ ਟੋਰ ਜਾਈ ਥਾਂ ਹੀ ਸਾਫਾ ਰੰਗ ਇਹਦਾ ਗਿਰ ਤੇ ਸਾਰਾ ਸਾਫਾ ਫਿੱਟ ਜਾਵੇ ਉਹ ਚੰਗਾ ਹੈ। ਸੁਣ ਫਿਰ, ਸਾਫਾ ਰੰਗ ਲੈਣਾ ਏ ਬੋਲ ਗਿਆ ਨਾ, ਨਹੀਂ ਕੋਈ ਨੀ ਖੈਰ, ਸਹੇਲੀਏ ਨੀ ਪਿਆਰ ਪਿਆਰ ਮੈਨੂੰ ਹੋਇਆ, ਸਹੇਲੀਏ ਨੀ ਪਿਆਰ ਪਿਆਰ ਮੈਨੂੰ ਆਇਆ, ਸਹੇਲੀਏ ਨੀ ਪਿਆਰ ਪਿਆਰ ਮੈਨੂੰ ਆਇਆ, ਨੀ ਪਿਆਰ ਪਿਆਰ ਮੈਨੂੰ ਆਇਆ। ਮੈਂ ਤੈਨੂੰ ਕਿਤਨੀ ਵਾਰੀ ਆਖਿਆ ਖੰਦੀ ਨਾ, ਮੈਨੂੰ ਸਹੇਲੀ ਤੂੰ ਨਾ ਬਣਾ ਦੇ, ਤੂੰ ਵੀ ਨੀ ਉਹਦਾ ਸਿਰ ਲੈਣ, ਤੂੰ ਵੀ ਰੋਕਿਆ ਕਰ, ਤੂੰ ਆਪੇ ਨੀ ਰੁਕਦਾ, ਮੈਂ ਕਿਹੜੇ ਪਾਸੇ ਜਾਵਾ, ਕਿਹੜੇ ਪਾਸੇ ਜਾਵਾ, ਮੇਰੀ ਦਾਦ ਨੂੰ ਪਿਆ ਮੇਰੀ ਚਾਕ ਬਣਾਈ ਚਲਾ, ਮੇਰੀ ਚਾਕ ਮੇਰੀ ਦਾਦ ਦੀ ਡਟ ਕੇ ਸਹੇਲੀ ਨੀ ਪਿਆਰ ਮੈਨੂੰ ਹੋਇਆ, ਪਤਾ ਹੀ ਆਈ ਮੈਂ ਸਹੇਲੀ ਤੂੰ ਬੜਾ ਨਫ਼ਰਾ ਤੇ ਮੈਨੂੰ ਕਿਉਂ ਡੋਰਿਆ, ਤੁਹਾਨੂੰ ਚਵਲ ਬਣਾਈ ਖਿਲਾ, ਹੋਰ ਸਹੇਲੀ ਨਾ ਆਵੇ, ਜਾ ਨਵਾਂ ਗਾਣਾ ਸੁਣਾ।
ਮਿਲਕ ਨਾ ਟੁਰੇ ਓ ਢੋਲਾ ਵੇ ਈਓ ਅਰਮਾਨ ਰਿਆ ਅਰਮਾਨ ਰਿਆ ਦਿਲ ਸਾਰਾ ਦੇ ਪਰੇਸ਼ਾਨ ਰਿਆ ਦਿਲ ਸਾਰਾ ਦੇ ਪਰੇਸ਼ਾਨ ਰਿਆ ਓ ਮਿਲਕ ਨਾ ਟੁਰੇ ਓ ਢੋਲਾ ਵੇ ਈਓ ਅਰਮਾਨ ਰਿਆ ਅਰਮਾਨ ਰਿਆ ਦਿਲ ਸਾਰਾ ਦੇ ਪਰੇਸ਼ਾਨ ਰਿਆ ਦਿਲ ਸਾਰਾ ਦੇ ਪਰੇਸ਼ਾਨ ਰਿਆ ਮਿਲਕ ਨਾ ਟੁਰੇ ਓ ਢੋਲਾ ਵੇ ਈਓ ਅਰਮਾਨ ਰਿਆ ਅਰਮਾਨ ਰਿਆ ਦਿਲ ਸਾਰਾ ਦੇ ਪਰੇਸ਼ਾਨ ਰਿਆ ਦਿਲ ਸਾਰਾ ਯੋ ਨੀ ਪਿਆਰ ਪਿਆਰ ਮੈਨੂੰ ਤੈਨੂੰ ਚਾਲੀਆਂ ਵੇਰੀ ਰੋਕਿਆ ਬਈ ਸਹੇਲੀ ਵੇਚ ਨਾ ਆਵੇ ਮੋੜ ਹੱਥ ਅੱਟ ਕੇ ਸਹੇਲੀ ਹੁਣ ਮੈਨੂੰ ਪੱਕ ਯਕੀਨ ਹੈ ਬਈ ਸਹੇਲੀ ਇਹਦੇ ਦਿਮਾਗ ਵਿੱਚ ਉੱਡ ਗਏ ਹੁਣ ਸਹੇਲੀ ਸਹੇਲੀ ਨਾ ਪਿਆ ਸਹੇਲੀ ਨਾਲ ਤਾਂ ਗਾਣਾ ਭਰਨ ਡੇ ਜੀ ਸਹੇਲੀ ਕੱਢਣ ਰਫੀਕ ਕੱਢੋ ਸਹੇਲੀ ਕੱਢੋ ਇਹ ਦੋਵੇਂ ਘੱਟ ਰਫੀਕੇ ਨੂੰ ਘੱਟ ਸਹੇਲੀ ਨੂੰ ਘੱਟ ਇਹਨਾਂ ਤੋਂ ਬਗੈਰ ਮੈਨੂੰ ਗਾਣਾ ਨੀ ਜਚਦਾ ਤੇ ਬੋੜੀ ਥੋੜੀ ਕਲਾ ਵਾਲੀ ਮੈਨੂੰ ਚਾਲੀਆਂ ਵੇਰੀ ਸਮਝਾਇਆ ਸਹੇਲੀ ਤੇ ਰਫੀਕੇ ਨੂੰ ਘੱਟ ਜੇ ਰਫੀਕੇ ਨੂੰ ਕੱਢਿਆ ਬੜੀ ਮੁਸ਼ਕਿਲ ਨਾਲ ਤੀ ਸਹੇਲੀ ਨਹੀਂ ਪੇ ਨਿਕਲਦੀ ਹੁਣ ਚੁੱਪ ਕਰੇ ਬਕਵਾਸ ਨਾ ਕਰੇ ਬੰਦੇ ਆਏ ਖਲੇ ਕੋਈ ਪਜਾਇਤ ਆ ਲੈਣ ਉਹ ਡੋਰਿਆ ਪਜਾਇਤ ਆਉਂਦੀ ਪਈ ਇੱਥੇ ਪ੍ਰਾਤ ਚਾਵਣ ਵਾਲੀ ਕਾ ਆ ਸੜੇ ਪੀਰਾਂ ਆਈ ਹੈ ਨਿਕਲ ਮਾਨ ਸਾਹਿਬ ਕਿਵੇਂ ਕਿਵੇਂ ਆਮਣ ਹੋਇਆ ਅੱਜ ਮਲ ਵੀਰਾ ਆ ਪੁੱਤਰ ਬਤਰੀ ਆਇਆ ਤੇ ਇੱਥੇ ਕੋਈ ਪੀਰ ਨਵਾਂ ਆਇਆ ਵਧਾਇਕ ਉਹ ਸਿੱਧਾ ਚੈੱਕ ਕਰ ਜੇ ਅੱਧਾ ਕੋਈ ਰੋਲਾ ਹੈ ਨਹੀਂ ਤੇ ਉਹ ਸੁਣੋ ਯਾਨੀ ਪੀਰ ਕਿਸੇ ਦਾ ਰੋਲਾ ਜੇ ਪੀਰ ਦਾ ਕੋਈ ਰੋਲਾ ਹੀ ਨਹੀਂ ਏਡਾ ਦੇ ਅਸੀਂ ਹੁਣੇ ਪਚਾਇਲ ਬਾਨ ਕੇ ਤੈਨੂੰ ਇੱਕ ਪਾਸੇ ਤੇ ਰੱਖਦਾ ਮੈਨੂੰ ਕੌਣ ਵਾਲੀ ਦਾ ਦੱਸ ਸੀ ਉਹ ਕਿਉ ਬਿਲਕੁਲ ਜੀ ਉਹਨੂੰ ਪੀਰ ਨੂੰ ਸਾਹਮਣੇ ਕਰਨਗੇ ਸਾਰਾ ਕੁਝ ਕਰ ਲਾਂਗੇ ਕਿਹੜੀ ਗੱਲ ਨੇ ਆਹਾ ਹਾਂ ਬਈ ਮੇਰੇ ਪੁੱਤਰ ਕੀ ਆ ਰੋਲਾ ਹੀ ਦੱਸ ਇਹ ਮਾਰ ਸਾਹਿਬ ਸਾਡੀ ਬਸਤੀ ਚ ਆਇਆ ਨਵਾਂ ਪੀਰ ਅੱਛਾ ਪੀਰ ਮਿੱਠੇ ਸ਼ਾਹ ਨਾਂ ਦਾ ਸਿੰਧਣ ਉਹਦਾ ਅੱਛਾ ਤੇ ਉਸ ਮੇਰੇ ਵੀਰਾਂ ਦਿੱਤੇ ਹਨ ਤਵੀਜ਼ ਹਾਂ ਉਸ ਆਖਿਆ ਆਈ ਵੀ ਇਹ ਤਵੀਜ਼ ਜਿਹੜਾ ਨਾ ਦਰਿਆ ਚ ਅੱਗਾਂ ਕਰ ਕੇ ਲੁੜਾ ਦੇਵੀਂ ਅੱਛਾ ਉਹ ਮੁੜ ਮੇਰਾ ਵੀਰਾ ਗਿਆ ਉਸ ਦਰਿਆ ਦੇ ਵਿੱਚ ਅੱਗਾਂ ਜਾ ਕੇ ਲੁੜਾਵੇਂ ਲੱਗਾ ਤੇ ਉਹਦਾ ਪੈਰ ਥੁੜਕਿਆ ਤੇ ਉਹ ਗਿਆ ਪਾਣੀ ਲੋੜ ਵੀਰਾ ਵੀ ਲੋੜ ਗਿਆ ਵੀਰਾ ਮੇਰਾ ਦਰਿਆ ਗਿਆ ਲੋੜ ਤੇ ਇਹ ਤਾਂ ਸ਼ੁਕਰ ਹੈ ਅੱਲਾ ਦਾ ਬਈ ਬਸਤੀ ਵਾਲੇ ਕੇ ਬੰਦੇ ਖਲਿਆਣ ਮਣੀ ਤੇ ਅੱਛਾ ਬਚਾਇਆ ਉਹਨੂੰ ਉਹਦਾ ਤਰਾ ਚਾਰ ਦਿਓ ਗਣ ਹੋਸ਼ ਚ ਨਹੀਂ ਆਉਂਦਾ ਪਿਆ ਬੇਹੋਸ਼ ਪਿਆ ਮਾਰ ਸਾਹਿਬ ਤੂੰ ਕੋਈ ਸੋਚੋ ਹੁਣ ਸਾਡੇ ਬਾਰੇ ਸਾਡੇ ਨਾਲ ਜ਼ਿਆਦਤੀ ਹੋਈ ਹੈ ਬੜੀ ਵੱਡੀ ਇਹ ਪੀਰ ਜਿਹੜਾ ਨਾ ਹੋਰ ਹੀ ਬੜਿਆ ਬੰਦਿਆਂ ਨੂੰ ਜਿਹੜਾ ਨਾ ਚੱਕਰ ਲਾਏ ਵਧਾ ਬਸਤੀ ਹੈ ਤੇ ਸੰਨ ਤੇ ਉਜਾੜੀ ਖਲਾ ਮੈਂ ਤਾਂ ਆਪ ਬੜਾ ਪਰੇਸ਼ਾਨ ਹਾਂ ਤੁਹਾਡੀਆਂ ਗੱਲਾਂ ਸੁਣ ਕੇ ਬਈ ਮੈਂ ਤਾਂ ਪਹਿਲੀ ਵਾਰੀ ਵੇਖਿਆ ਬਈ ਬਸਤੀ ਹੈ ਪੀਰ ਬੜਿਆ ਆਉਂਦਾ ਇਹ ਪਤਾ ਨਹੀਂ ਕਿਹੜੇ ਚੋਂਡਲੂ ਪੀਰ ਬੜਿਆ ਲੁਟੇਰਾ ਪੀਰ ਮਾਰ ਸਾਹਿਬ ਗੱਲ ਮੈਂ ਇਸ ਪੀਰ ਮਿੱਠੇ ਸ਼ਾਹ ਦੇ ਰੋਲੇ ਆਇਆ ਬੈਠਾ ਜੀ ਮੈਂ ਇਹਨਾਂ ਕੋਲੋਂ ਜੀ ਲੈ ਆ ਤਵੀਜ਼ ਆਪਣੀ ਮਸ਼ੂਕ ਕਾਣ ਅੱਛਾ ਮੇਰੀ ਮਸ਼ੂਕ ਅੱਗਾਂ ਪਰ ਨਹੀਂ ਗਈ ਹੈ ਤੇ ਮੈਂ ਇਹਨਾਂ ਮੈਨੂੰ ਆਖਿਆ ਬਈ ਕਾਲਾ ਬੱਕਰਾ ਆਣ ਦੀ ਉਹ ਮੈਂ ਕਾਲਾ ਬੱਕਰਾ ਹੀ ਆਣ ਦੀ ਤਾਂ ਮੇਰੀ ਮਸ਼ੂਕ ਹੀ ਅੱਗਾਂ ਪਰ ਨਹੀਂ ਗਈ ਹੈ ਜੀ ਉਹਨਾਂ ਜੀ ਮੈਨੇ ਆਖਿਆ ਸੀ ਬਈ ਜਿੰਨਾ ਕਣ ਬੱਕਰਾ ਲੈਣਾ ਤਾਂ ਬੱਧੀ ਘਰ ਬੈਠੇ ਨੇ ਜਿਨ੍ਹਾਂ ਨੂੰ ਕੋਈ ਨਹੀਂ ਦਿੱਤਾ ਜਿੰਨਾ ਹੀ ਕੋਈ ਨਹੀਂ ਖਾਧਾ ਨਹੀਂ ਉਹ ਘਰ ਖਾ ਲਾ ਪੀਰ ਦੇ ਘਰ ਪੱਕਾ ਵੇਖ ਆਇਆ ਜੀ ਆ ਮੈਂ ਵੇਖ ਆਇਆ ਜੀ ਉਹਨਾਂ ਮੈਨੂੰ ਬਜਾ ਦਿੱਤਾ ਬਈ ਪੀਰ ਤੁਹਾਡੇ ਮਗਰ ਦੇਣ ਲਸਾਂ ਪੀਰ ਸਾਹਿਬ ਮੈਨੂੰ ਆਖਿਆ ਜੀ ਬੱਕਰਾ ਲੈਣਾ ਹੈ ਜਿੰਨਾ ਵਾਸਤੇ ਜਿੰਨਾ ਵਾਸਤੇ ਲਿਆ ਹਾਂ ਨਾ ਜਿੰਨਾਂ ਨੂੰ ਬੱਕਰਾ ਦਿੱਤਾ ਇਹਨੇ ਆਫ ਸਾਈਡ ਤੇ ਬੱਧੋ ਇਹਨੇ ਘਰ ਯਾਨੀ ਕਿ ਜੇਨ ਬੱਕਰਾ ਖਾ ਹੁਆ ਜੀ ਆ ਉਹ ਜਿੰਨਾ ਕੋਈ ਨਹੀਂ ਖਾਦੋ ਸਾਈਡ ਤੇ ਬੱਧੋ ਹੋਇਆ ਇਹਨੇ ਜੀ ਯਾਨੀ ਕਿ ਘਰ ਬੱਧੀ ਬੈਠਾ ਜਿੰਨਾਂ ਨੂੰ ਕੋਈ ਨਹੀਂ ਸੁਖਵਾਇਆ ਨਾ ਮੇਰਾ ਕੰਮ ਹੋਇਆ ਬੱਕਰਾ ਹੀ ਨਹੀਂ ਦਿੰਦੇ ਮਸ਼ੂਕ ਤਾਂ ਵੈਸ ਹਜ਼ਾਰ ਜੀ ਮੇਰੀ ਅੱਗਾਂ ਪਰ ਨਹੀਂ ਗਈ ਹਾਂ ਬੜੀ ਅਫਸੋਸ ਦੀ ਗੱਲ ਹੈ ਕਹਿੰਦਾ ਪੋਤਰੇ ਤੂੰ ਮੈਂ ਜੀ ਫੌਜੀ ਜਹਾਜ਼ ਦਾ ਫੌਜੀ ਜਹਾਜ਼ ਕੀ ਕਾਰੋਬਾਰ ਕਰੇ ਔਰ ਰਕਸ਼ਾ ਡਰਾਈਵਰ ਯਾਨੀ ਕਿ ਰਕਸ਼ਾ ਵਾਲੇ ਦਾ ਪੋਤਰ ਜਾਣ ਦੇ ਲਈ ਮੈਨੂੰ ਜਾਣਨਾ ਚੰਗੀ ਤਰ੍ਹਾਂ ਤੂੰ ਪਤਰੀ ਆ ਮੇਰਾ ਤੇਰੇ ਪਜਾਇਆ ਤੇ ਮੈਂ ਮੁਕਾ ਲੈਣਾ ਤੇਰਾ ਬੱਕਰਾ ਮੈਂ ਕਿਦਾ ਹੈ ਨਹੀਂ ਹੱਲਣ ਦਿੱਤਾ ਤੂੰ ਟੈਨਸ਼ਨ ਨਾ ਲਾ ਮਾਰ ਵਾਲੀ ਦਾਦ ਦੇ ਦੇਰੇ ਚ ਬੈਠਾ ਮਿਹਰਬਾਨੀ ਮਾਰ ਸਾਹਿਬ ਲੋਕ ਬ੍ਰੈਲਰ ਖਾ ਖਾ ਦੇ ਅੱਗੇ ਪੈ ਨੇ ਉਹ ਚੰਗਾ ਪੀਰੇ ਬੱਕਰਾ ਖਾਊ ਉਹ ਕਮਲੀ ਬਲਾ ਲੋਕ ਤਾਂ ਖੋਤੇ ਹੀ ਖਾਂਦੇ ਗੱਤੀ ਮਗਰ ਪਤਾ ਕੋਈ ਨਹੀਂ ਲੱਗਦਾ ਗੱਤੀ ਬੰਦਿਆਂ ਨੂੰ
ਅਸੀਂ ਪੀਰ ਕੋਲੋਂ ਬੱਕਰਾ ਕੱਢਦਾ। ਮਹਾਰਾਜ ਮਾਲ ਹਾਂਜੀ, ਤੇਰੇ ਹੱਥ ਤੇਰੇ ਬਹੁ ਲੰਮੇ ਤੇ ਹੱਥ ਤੇਰੇ ਪੰਦਰ ਚੰਗੇ, ਇਹ ਕਹਿੰਦੀ ਪੀਰ ਨੂੰ ਸਦਾ ਜੇ ਆ ਸਕਦਾ ਤੇਰੇ ਅੱਖ ਤੇ ਨਹੀਂ ਜਾਂਦਾ ਤੇ ਮੁੜ ਮਾਈ ਨੂੰ ਦੱਸੇ। ਤੇਰੇ ਆਖਣ ਤੋਂ ਪਹਿਲੇ ਬੰਦੇ ਗੱਲੇ ਤੇ ਹੁਣੇ ਆ ਜਾਂਦਾ ਪੀਰ। ਆਓ ਬਾਹਰ ਸਾਹਿਬ, ਪੀਰ ਆਇਆ ਖਲਾ ਹੀ ਨੇ। ਆਪਣੇ ਡੋਰੀ ਬਣਾ, ਕੁਲਫੀ ਚਾਹ ਲਿਆ ਪੀਰ ਖਾਨ। ਕੁਲਫੀ? ਕੁਲਫੀ ਨਹੀਂ ਓ, ਕੁਰਸੀ। ਕੁਲਫੀ ਆਓ ਜੀ। ਪੀਰ ਜੀ ਬਹੁ ਹੋਰ ਪੀਰ ਜੀ ਕੀ ਹਾਲ ਹੈ? ਅਲਹਮਦੁਲਿਲਾ ਅਲਹਮਦੁਲਿਲਾ। ਕਿਆ ਬਾਤ ਹੈ, ਮਾਨ ਨਾਲ ਚਸ ਬਣਾ ਦਿੱਤੀ। ਮਾਰ ਸਾਹਿਬ ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਇਹ ਦੱਸ ਬਈ, ਚਾਹ ਹੋ ਜਾਵੇ ਜਾਂ ਬੋਤਲ ਜਾਂ ਕੋਈ ਲੱਸੀ ਲੁੱਸੀ ਹੋ ਜਾਵੇ। ਬਾਬਾ ਜਿੱਥੇ ਜਾਂਦਾ ਹੈ ਮਿੱਠੇ ਚੌਲ ਖਾਂਦਾ ਹੈ, ਬਾਬਾ ਜਿੱਥੇ ਜਾਂਦਾ ਹੈ ਮਿੱਠੇ ਚੌਲ ਖਾਂਦਾ ਹੈ। ਕਿਆ ਬਾਤ, ਦੇਗ ਰਖਾਈਏ ਜਾਂ ਤੁਹਾਡੇ ਉੱਤੇ ਹੱਥ ਰਖਾਈਏ, ਮੇਰਾ ਮਤਲਬ ਹੈ ਕਿ ਚਾਵਲ ਪੱਕਦੇ ਪਏ, ਟੈਨਸ਼ਨ ਨਹੀਂ ਲੈਣੀ। ਅਸੀਂ ਆਪ ਕਦੀ ਨਹੀਂ ਖਾਧੇ, ਤੇਰੇ ਲਈ ਬਣਵਾਈਏ। ਵੀਰ ਜੀ ਗੱਲ ਨਹੀਂ, ਮੈਂ ਸਵਾਹ ਬਸਤੀ ਦਾ ਵਡੇਰਾ, ਪਜੇਤਾ ਪਜੂਤਾ ਮੈਂ ਬਣਿੰਦਾ। ਸਮਝ ਆਉਂਦੀ ਪਈ ਜੀ? ਜੀ ਹਾਂ ਜੀ ਹਾਂ। ਹਾਂ, ਹੁਣ ਜਿਹੜਾ ਉਹ ਛੋਰ ਆਇਆ ਬੈਠਾ ਹੈ, ਉਸ ਆਖਿਆ ਜੀ ਮੇਰੇ ਵੀਰਾਂ ਨੂੰ ਆਖਿਆ ਤੂੰ ਤਵੀਜ਼ ਬਈ ਲੁੜਾ ਆਇਆ ਜਾ ਕੇ। ਉਹ ਤਵੀਜ਼ ਲੁੜਾਵਣ ਗਿਆ, ਤੁਸੀਂ ਆਖਿਆ ਬਈ ਅੱਗਾ ਕਰਕੇ ਡੂਖੇ ਪਾਣਗੇ, ਇੰਜੇ ਆ ਕੇ ਹੀ ਦੇ। ਜੀ ਹਾਂ ਜੀ ਹਾਂ। ਉਹ ਵੀਰਾਂ ਉਹਦਾ ਨਾਲ ਹੀ ਲੁੜ ਗਿਆ, ਜੇ ਚਾਰ ਬੰਦੇ ਉੱਤੋਂ ਨਾ ਖਲੇ ਉਹਦੇ ਨਾਲ ਤਾਂ ਵੀਰਾਂ ਉਹਦਾ ਮਾਰ ਜਾਵਣਾ ਬੁੜ ਕੇ। ਇਸ ਤੋਂ ਇਲਾਵਾ ਇੱਕ ਹੋਰ ਉਲਾਮਾ ਆਇਆ ਬੈਠਾ, ਆ ਵੇਖਦਾ ਪਿਆ ਚੋਰ ਬੈਠਾ ਇਜਾਜ਼ ਦਾ ਰਕਸ਼ੇ ਵਾਲੇ ਦਾ। ਜੀ ਜੀ ਵੇਖਦਾ ਬੈਠਾ। ਤੁਸੀਂ ਉਹਦੇ ਕੋਲੋਂ ਕਾਲਾ ਬੱਕਰਾ ਲਿਆ? ਲਿਆ ਹੀ ਜੀ। ਉਹਦਾ ਕੰਮ ਹੀ ਨਹੀਂ ਹੋਇਆ, ਕਾਲਾ ਬੱਕਰਾ ਹੀ ਤੁਸੀਂ ਘਰ ਬੱਤੀ ਬੈਠੇ ਹੋ। ਮਾਰ ਸਾਹਿਬ ਕੋਈ ਮੇਰੀ ਵੀ ਸੁਣ ਲਓ। ਸੁਣਾ, ਦਰਜਿਸ਼ਤੀ ਦਾ ਜੁੱਗਾ ਵੱਜਾ, ਇਹਨਾਂ ਹਿਸਾਬ ਕੀਤਾ ਤੇ ਇਹਨਾਂ ਮੈਨੂੰ ਚੋਰ ਬਣਾਇਆ। ਮਾਰ ਸਾਹਿਬ ਅੱਲਾ ਦੀ ਕਸਮ ਇਸ ਗਲਤ ਹਿਸਾਬ ਕੀਤਾ, ਇਮਾਨ ਨਾਲ ਕੋਈ ਪੀਰ ਨਹੀਂ, ਇਹ ਫਰਾਡ ਨਹੀਂ ਰਹਾ ਮਾਰ ਸਾਹਿਬ। ਅੱਛਾ, ਆਪਣਾ ਪੀਰ ਜੀ, ਇਹ ਮੈਂ ਕੀ ਸੁਣਦਾ ਬੈਠਾ? ਮਾਰ ਸਾਹਿਬ ਬੜੀਆਂ ਪਹੁੰਚੀਆਂ ਹੋਈਆਂ ਸਰਕਾਰਾਂ। ਅੱਛਾ ਜੀ। ਮਾਰ ਸਾਹਿਬ ਸਾਡੇ ਤਾਂ ਪੀਰ ਦਾ ਜੀ ਹੇਕ ਟਿਕ ਹਿਸਾਬ ਹੈ, ਅਸਾਂ ਤਾਂ ਅੱਜ ਤੱਕ ਕਦਮਾਂ 'ਚ ਪਾ ਜਾਂਗੇ। ਅੱਛਾ, ਯਾਨੀ ਪੀਰ ਦਾ ਹੇਕ ਟਿਕ ਹਿਸਾਬ ਆਉਂਦਾ ਹੈ। ਭਰਾ ਮੁਰੀਦੋ ਹੋ ਤੇ ਤੁਸੀਂ ਮੁਰੀਦ ਹੋ ਨੇ ਦੇ ਮਲਾਂਗੀ ਹੋ? ਹਾਂ ਜੀ ਹਾਂ ਜੀ। ਜਿਹੜੇ ਉਹ ਮੁਖਤ ਖੋਰੇ ਮਲੰਗ ਭੁੱਖੇ ਬਲਾਈ ਹੁੰਦੀਆਂ ਤੇ ਪੀਰ ਦੇ ਅੱਗੋਂ ਲੰਗਰ ਚਾ ਕੇ ਖਾ ਜਾਵਾਂ। ਸਦਕੇ ਉਹ ਪੀਰ ਆ, ਸਦਕੇ ਇੱਕ ਟਿੱਕ ਆ ਦੇ ਗੱਤੀ ਨੇ, ਇੱਕ ਟਿੱਕ ਪਤਾ ਲੱਗ ਪੈਂਦਾ ਪੀਰ ਦਾ ਹੁਣੇ। ਪੀਰ ਤਾਂ ਫਿਰ ਐਵੇਂ ਦਾ ਹੀ ਹੋਣਾ ਨਾ। ਤੈਨੂੰ ਕਿਵੇਂ ਪਤਾ ਲੱਗਾ ਐਵੇਂ ਦਾ? ਖਲੀਫਿਆਂ ਨੂੰ ਪਤਾ ਲੱਗਣ ਡੇ। ਅੱਛਾ, ਤੂੰ ਅੱਗੇ ਅਖਾਣ ਬਣਿਆ ਨਹੀਂ ਬਈ ਬੈੜੇ ਪੀਰ ਨੂੰ ਖਲੀਫੇ ਚੇਂਦੇ ਨੂੰ ਆ ਇਹ ਨਹੀਂ ਖਲੀਫੇ। ਆਹੋ ਐਵੇਂ ਆਮ ਪਿੱਟਣ ਡਈ ਏ ਉਹ ਕੂੜੇ, ਉਹਦਾ ਵੀਰਾ ਨਹੀਂ ਮਾਰ ਕੇ ਉਹਦਾ ਬੱਕਰਾ ਉਹਨੇ ਇੱਕ ਬੰਦਾ ਕਰਾ। ਆਪਣਾ ਮਿੱਠੇ ਸ਼ਾਹ, ਤੁਸੀਂ ਆਏ ਕਿੱਥੋਂ ਹੋ ਤੇ ਪੀਰ ਮੁਰੀਦੀ ਕਿੱਥੋਂ ਸਿੱਖੀ ਦੇ? ਮਾਰ ਸਾਹਿਬ ਮੈਂ ਆਇਆ ਕੁਹਾਟ ਤੋਂ। ਅੱਛਾ, ਤੇ ਉੱਥੇ ਬੜੇ ਮਸ਼ਹੂਰ ਪੀਰ ਹਨ, ਪੀਰ ਜਮੋਲਾ ਸ਼ਾਹ। ਅੱਛਾ, ਤੇ ਉਹਨਾਂ ਦਾ ਮੈਂ ਮੁਰੀਦ ਹਾਂ, ਉਹਨਾਂ ਦੇ ਦਰਬਾਰ ਦੇ ਨਾਲ ਜਿਵੇਂ ਕਬਰਸਤਾਨ ਹੈ, ਉਸ ਕਬਰਸਤਾਨ ਵਿੱਚ 9 ਦਿਨ ਕਬਰ ਦੇ ਵਿੱਚ ਚਿੱਲਾ ਕੱਟਿਆ। ਅੱਛਾ, ਕਬਰ ਵਿੱਚ ਰਿਹਾ 9 ਦੇ? ਵਾਹ ਭਾਈ ਵਾਹ, ਪੱਕਾ ਪੱਕਾ ਰਹਿਣਾ ਸੀ ਉੱਥੇ ਕੀ ਇੱਥੇ ਆਵਾਮ ਨੂੰ ਆਗ ਦਲੀਲ ਕੀਤਾ? ਆਪਣਾ ਮਿੱਠੇ ਜਾ, ਇਹ ਜਿਹੜਾ ਤੁਸੀਂ ਹਿਸਾਬ ਕਰਿੰਦੇ ਹੋ ਪੱਕਾ ਪੱਕਾ ਕਰਿੰਦੇ ਹੋ ਜਾਂ ਇਹਨੇ ਡੌਰੂ ਖੜਕਾਉਂਦੇ ਹੋ? ਮਾਰ ਸਾਹਿਬ ਮੇਰੇ ਕੋਲ ਪੂਰੇ 11 ਮੁਕਲ ਹਨ। ਜੇਨ? ਹਾਂ, ਯਾਨੀ ਤੇਰੇ ਕੋਲ 11 ਜੇਨ ਵੀ ਹੈ? ਪੂਰੋ ਬਾਉ ਏਅਰਪੋਰਟ ਤੋਂ। ਹਾਂ ਮਾਰ ਸਾਹਿਬ, ਮੇਰੀ ਜ਼ਰਾ ਸਾਈਡ ਤੇ ਗੱਲ ਸੁਣਿਆ ਜੇ। ਅੱਛਾ, ਆਜੋ ਡੋਰਾ ਹੁੱਕਾ ਜਾ, ਗੱਲ ਦਾ ਪਤਾ ਐਂ ਲੱਗਦਾ। ਹਾਂ ਏਅਰਪੋਰਟ। ਮਾਰ ਸਾਹਿਬ ਚੁੱਪ ਕਰਕੇ ਡੋਰੇ ਦੀ ਚੋਰੀ ਕਰਾ ਲਾ। ਮੇਰੀ ਤਾਂ ਹੋਈ ਕੋਈ ਨੀ। ਚੁੱਪ ਕਰ, ਉੱਲੂ ਦੇ ਪੱਠੇ ਆ।
ਵੇਖਣਾ ਤਾਂ ਪੀਰ ਨੂੰ ਹੈ ਤੇਰੀ ਚੋਰੀ ਹੈ ਤਾਂ ਕਾਹ ਨਾ ਮੈਨੂੰ ਵੀ ਪਤਾ ਤੇਰੀ ਚਾਹੇ ਕਾਹ ਨੀ ਚੋਰੀ ਹੋ ਵੇਖਣਾ ਪੀਰ ਨੂੰ ਹੈ ਬਈ ਉਹ ਕੀ ਕਰਦਾ ਹੈ ਉਹਨੇ ਪਤਾ ਲੱਗ ਜਾਂਦਾ ਉਹਦਾ ਪੀਰ ਹੈ ਆਇਓ ਮੇਰੇ ਨਾਲ ਠੀਕ ਧਿਆਨ ਵੇਚ ਬੋਲੇ ਨਾ ਪਿਓ ਜਨਾਬ ਪੀਰ ਮਿੱਠੇ ਸ਼ਾਹ ਤੁਸੀਂ ਪਹੁੰਚੀ ਹੋਈ ਸਰਕਾਰ ਹੋ ਸਾਨੂੰ ਪਤਾ ਲੱਗਾ ਬੈਠਾ ਜੀ ਮਾਰ ਸਾਹਿਬ ਜੀ ਬਿਲਕੁਲ ਤੁਹਾਡੇ ਕੋਲ ਜੇਨ ਵੀ ਹੈ ਹਾਂ ਜੀ ਬਿਲਕੁਲ ਮੋਕਲ ਵੀ ਹੈ ਨੌ ਦੇ ਕਬਰੇ ਦੀ ਗੱਤੇ ਨੇ ਜੀ ਜੀ ਹੈ ਕੋਈ ਦਰਿਆ ਚ ਖਲੋਤੇ ਹੋ ਸੋ ਜੀ ਜੀ ਇਹ ਤਾਂ ਰੋਲੇ ਜਿਹੜੇ ਨਾਂਦੇ ਹੈ ਨਾ ਇਹ ਤਾਂ ਤੁਹਾਡੇ ਕੋਲ ਹੈ ਮੌਜੂਦ ਆ ਮੇਰਾ ਨੌਕਰ ਵੇ ਤਾਂ ਪਿਆ ਇਹਦੀ ਦੋ ਮੱਝੀ ਇੱਕ ਗੱਦੇ ਇਹ ਚੋਰੀ ਹੋ ਗਈ ਆ ਚੋਰ ਨਹੀਂ ਲੱਗਾ ਇਹਦੀ ਕਿਵੇਂ ਚੋਰੀ ਲੱਭਦੇ ਹੋ ਨਾ ਤੇ ਬੜੀ ਗੱਲ ਹੁਣੇ ਲੱਭ ਲੈਣੇ ਮਾਰ ਸਾਹਿਬ ਹੁਣੇ ਲੱਭ ਲੈਣੇ ਪੀਰ ਜਮੋਲੇ ਸ਼ਾਹ ਦੇ ਸਦਕੇ ਕਾਲੂ ਆ ਜਾ ਆ ਜਾ ਆ ਜਾ ਆ ਜਾ ਆ ਜਾ ਦੱਸ ਮਾਰ ਦੇ ਨੌਕਰ ਦੀ ਚੋਰੀ ਦੱਸ ਕਾਲੂ ਅੱਗੇ ਵੀ ਦੱਸ ਚੋਰ ਦਾ ਨਾਂ ਦੱਸ ਕਾਲੂ ਚੋਰ ਦਾ ਨਾਂ ਚੋਰ ਮਾਰ ਸਾਹਿਬ ਸ਼ਾਨੀ ਛੇ ਬੜਾ ਬਦਮਾਸ਼ ਤੇ ਬੜਾ ਜਬਣ ਜਾ ਬੰਦਾ ਹੈ ਨਾਲ ਅਬਾਸ ਹਾਸ਼ਮੀ ਹੈ ਹਾਂ ਉਕਾੜੀ ਵੀ ਉਕਾੜਾ ਉਕਾੜਾ ਮਾਰ ਸਾਹਿਬ ਲੱਭ ਗਏ ਚੋਰੀ ਇਹ ਤੁਹਾਡੇ ਸਾਰੇ ਡਿਟੇਲ ਤੁਹਾਨੂੰ ਦੱਸੀ ਬੈਠਾ ਠੀਕ ਹੈ ਕਾਲੂ ਬਾਬੇ ਚਮੋਲੇ ਸ਼ਾਹ ਨੂੰ ਸਲਾਮ ਆਖੀ ਚੋਰੀ ਲੱਭੀ ਬੈਠੀ ਹੋ ਮੁੱਕ ਲੈਂਦੇ ਹਾਂ ਤੁਹਾਡੇ ਨਾਲ ਪੀਰ ਮਿੱਠੇ ਜਾ ਇਹ ਤੁਹਾਨੂੰ ਪੱਕਾ ਯਕੀਨ ਹੈ ਕਿ ਸ਼ਾਨੀ ਸ਼ੇਖ ਚੋਰ ਹੈ ਬਿਲਕੁਲ ਮਾਰ ਸਾਹਿਬ ਬਿਲਕੁਲ ਅਗਰ ਬਾਬਾ ਝੂਠਾ ਹੋਵੇ ਤੇ ਜੋ ਚੋਰ ਦੀ ਸਜ਼ਾ ਉਹ ਬਾਬੇ ਦੀ ਸਜ਼ਾ ਹਾ ਬਾਬਾ ਜਿੱਥੇ ਜਾਂਦਾ ਹੈ ਤੇ ਮਿੱਠੇ ਚੌਲ ਖਾਂਦਾ ਹੈ ਮਹਾਰਾਜ ਮਾਲ ਹਾਂਜੀ ਇਹ ਹੁਣ ਤੁਸੀਂ ਕੰਨਾਂ ਨਾਲ ਸੁਣੀ ਬੈਠੋ ਨਾ ਇਹ ਸਾਖਿਆ ਭਈ ਚੋਰੀ ਕੀਤੀ ਏ ਸ਼ਾਨੀ ਸ਼ੇਖ ਤੇ ਉਸ ਦਾ ਦੂਏ ਦਾ ਨਾਂ ਕੀ ਰੱਖੇ ਅਬਾਸ ਉਕਾੜਵੀ ਅਬਾਸ ਉਕਾੜਵੀ ਇਹ ਤਾਂ ਸੁਣਿਆ ਨੀ ਨਾ ਪੰਜਾਇਤ ਵਾਲਿਓ ਨਾਲ ਇਮਾਨ ਦੇ ਡੋਰੇ ਦੀ ਚੋਰੀ ਕਾਜ ਨਹੀਂ ਹੋਈ ਮੈਂ ਤੇ ਇਹਨੂੰ ਵੇਖਣਾ ਹੀ ਸਿਰੇ ਹੁਣ ਮੈਨੂੰ ਇਹ ਦੱਸੋ ਪੰਜਾਇਤ ਵਾਲਿਓ ਇਸ ਪੀਰ ਨਾਲ ਕਰਨਾ ਕੀ ਚਾਹੀਦਾ ਇਹਦੀ ਤਾਂ ਚੋਰੀ ਹੋਈ ਕਾਜ ਨਹੀਂ ਮਾਰ ਸਾਹਿਬ ਗੱਲ ਏ ਚੋਰੀ ਹੋਈ ਕੋਈ ਨੀ ਤੇ ਹੁਣੇ ਕਰਵਾ ਲੈਨੇ ਆ ਇਹਦਾ ਮਤਲਬ ਇਹ ਕਿ ਚੋਰੀਆਂ ਕਰਾਈਂਦੇ ਹੀ ਤੁਸੀਂ ਹੋ ਤੇ ਲੱਭਦੇ ਹੀ ਤੁਸੀਂ ਹੋ ਹੈ ਦਿਲ ਲਾ ਦਾ ਪਿਆ ਪੀਰ ਹੈ ਮੈਂ ਤੈਨੂੰ ਇੱਥੇ ਟਾਂਗ ਛੱਡਾਂ ਭੋਜਨ ਨਾਲ ਪੁੱਠਿਆ ਲੜਕਾ ਛੱਡਾਂ ਤੈਨੂੰ ਉਹ ਬਸ ਤਾਂ ਖੁਦਾ ਦਾ ਹੀ ਨਹੀਂ ਉਹ ਬਸ ਤਾਂ ਖੁਦਾ ਦਾ ਨਹੀਂ ਪੀਰੋ ਖਲੋ ਰਹੋ ਆ ਕੂੜੇ ਤਵੀਦ ਲਿਖ ਲਿਖ ਤੇ ਉਹ ਕਿਉਂ ਆ ਬੰਦੇ ਮਰਾਜ ਨੇ ਤੁਸੀਂ ਘਰਾਂ ਦੇ ਘਰ ਉਜਾੜ ਛੱਡੇ ਕੂੜਿਆ ਪੀਰ ਆ ਜਿਹੜੇ ਤੁਸੀਂ ਕੂੜੇ ਪੀਰ ਹੋ ਹੈ ਉਹਦੇ ਵੇਖੇ ਨਾ ਉਹਨਾਂ ਦਾ ਬੱਕਰਾ ਤੂੰ ਖਾ ਗਏ ਆ ਉਹਦੀ ਬਿਰਾਹ ਨਹੀਂ ਮਾਰ ਗਿਆ ਆ ਉਹਦੀ ਸਵਾਣੀ ਅੱਗੇ ਉੱਪਰ ਨਹੀਂ ਗਈ ਉਹ ਜਿਹੜੇ ਪੀਰ ਨੂੰ ਮਨੇ ਨਾ ਆਵੇ ਖਲੋ ਰਹੋ ਬਸ ਕਰੋ ਮਾਰ ਸਾਹਿਬ ਅਸਾਂ ਕੋਈ ਇਹਨਾਂ ਦੇ ਕੁੰਡੇ ਖੜਕਾ ਕੇ ਤਾਂ ਥੋੜ੍ਹੀ ਆਉਂਦੇ ਹਾਂ ਵੀ ਸਾਡੇ ਕੋਲ ਹਿਸਾਬ ਕਰਵਾਓ ਇਹ ਆਪ ਸਾਡੇ ਕੋਲ ਆਉਂਦੇ ਨੇ ਆਪ ਦਿੰਦੇ ਨੇ ਬੱਕਰੇ ਖੁਸ਼ੀਆਂ ਨਾਲ ਆਪ ਨਜ਼ਰਾਨੇ ਚੜਾਉਂਦੇ ਨੇ ਸਾਡੇ ਕੋਲ ਤੇ ਅਸਾਂ ਝੂਠੇ ਸੱਚੇ ਆਪਣੇ ਬੱਚਿਆਂ ਦੀ ਰੋਜ਼ੀ ਦੀ ਖਾਤਰ ਹਿਸਾਬ ਕਰ ਛੱਡਨੇ ਮਾਰ ਸਾਹਿਬ ਉਹ ਬੇਮੁੜ ਜਾਂਦੇ ਹੋ ਤੁਸੀਂ ਕਿਉਂ ਜਾਂਦੇ ਹੋ ਤੁਹਾਨੂੰ ਜੋ ਪਤਾ ਹੈ ਬਈ ਇਹ ਪੀਰ ਲੁਟੇਰੇ ਉਹ ਤੁਸੀਂ ਗਏ ਕਰੋ ਸ਼ਬਾਦ ਕਲੰਦਰ ਗਏ ਕਰੋ ਬਾਬਾ ਫਰੀਦ ਗਏ ਕਰੋ ਸ਼ਾਹ ਸ਼ਮਾਤ ਉਹ ਜਿਹੜੇ ਅਸਰ ਪੀਰ ਉਹਨਾਂ ਦਿਨ ਗਏ ਕਰੋ ਇੰਨਾ ਨਕਲਾ ਪੀਰ ਤੋ ਆਇਆ ਹੁਣ ਖਲੋ ਰੌਕਾਨ ਫੱਦੋ ਬਈ ਇਹੋ ਜਿਹੇ ਪੀਰਾਂ ਦੇ ਮੱਥੇ ਨਾ ਲੱਗਦਾ ਜਿਹੜੇ ਲੁਟੇਰੇ ਪੀਰ ਉਹ ਤੁਸੀਂ ਲੱਗ ਗਏ ਹੋ ਕੂੜਿਆ ਪੀਰਾਂ ਦੇ ਮਗਰ ਲੈਗ ਲੈਣਾ ਤੇਰੇ ਇੰਨੇ ਹੋਏ ਨੂੰ ਲੈਣਾ ਉਹ ਖਲੋ ਆ ਵੇਖੋ ਪੀਰਾਂ ਉਹ ਕੀ ਛੱਡਿਆ ਹੀ ਨਹੀਂ ਪੱਲੇ ਕਿਸੇ ਨੇ ਹੁਣ ਇਸ ਬਸਤੀ 'ਚ ਬੜੇ ਹੋ ਨਾ ਮੈਂ ਮਾਰ ਅਜਮਲ ਕਰੇਲੇ ਨੂੰ ਆਖ ਕੇ ਜੇ ਤੇਰੂ ਤੇ ਮੈਂ ਕੁੱਤੇ ਨਾ ਛਡਾਇਆ ਤੇ ਮਾਰ ਵਾਲੀ ਦਾਦ ਨਹੀਂ ਹੁਣ ਉੱਠੀ ਮੇਰਾ ਹਾਲੀ ਕਰ ਇੱਥੋਂ ਬਾਬਾ ਜਿੱਥੇ ਜਾਂਦਾ ਹੈ ਤੇ ਮਿੱਠੇ ਚੌਲ ਖਾਂਦਾ ਬਾਬਾ ਜਿੱਥੇ ਜਾਂਦਾ ਹੈ ਤੇ ਮਿੱਠੇ ਚੌਲ ਖਾਂਦਾ ਮਾਰ ਸਾਹਿਬ ਮਿੱਠੇ ਚੌਲ ਤਾਂ ਦੇ ਦਿਓ ਪੀਰ ਇੱਥੇ ਤੋਂ ਬਾਹਰ ਆਈ ਹੋ ਜੇ ਆਉਂਦਾ ਤੇ ਮੋੜ ਲਿੱਤਰ ਖਾਂਦਾ ਲਿੱਤਰ ਹੀ ਖਾਂਦਾ ਲਿੱਤਰ ਹੀ ਖਾਂਦਾ ਥੱਲੇ ਖਾਂਦਾ ਨਾ ਕਬਲਿਆ ਪੀਰਾਂ ਤੋਂ ਸਾਡੇ ਆਵਾਮ ਨੂੰ ਕਬਲਿਆ ਕਰ ਛੱਡੇ ਤੇ ਕੂੜੇ ਪੀਰ ਲੱਗ ਗਏ ਮਗੇ ਕੂੜੇ ਤੇ ਗੰਦੇ ਤਵੀਦ ਲਿਖਣੇ ਤੇ ਮਾਰਨੇ ਕੂ